ਅੱਜ ਅਸੀਂ ਜ਼ਿਲ੍ਹਾ ਕਾਂਗਰਸ ਕਮੇਟੀ ਜਲੰਧਰ ਸ਼ਹਿਰੀ ਵੱਲੋਂ ਜਿਹੜਾ ਨੋਟਾਬੰਦੀ ਦੇ ਖਿਲਾਫ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕ ਰਹੇ ਹਾਂ। ਅੱਜ ਵੀ ਲੋਕ ਉਸੇ ਤਰ੍ਹਾਂ ਪਿਛਲੇ 26 ਦਿਨਾਂ ਤੋਂ ਜਿਸ ਤਰ੍ਹਾਂ ਲਾਈਨਾਂ ਦੇ ਵਿੱਚ ਲੱਗ ਰਹੇ ਆ ਉਸੇ ਤਰ੍ਹਾਂ ਲੱਗੇ ਆ। ਰਾਤ 12-12 ਵਜੇ ਤੱਕ ਅਸੀਂ ਦੇਖਦੇ ਹਾਂ ATM ਦੇ ਬਾਹਰ ਲੋਕ ਪਰੇਸ਼ਾਨ ਹੋ ਰਹੇ ਆ, ਔਰ ਜਦੋਂ ਵੀ ਕਿਤੇ ਬੈਂਕ ਦੇ ਅੰਦਰ ਮੈਨੇਜਰ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਤਾਂ ਉਹ ਇੱਕੋ ਹੀ ਗੱਲ ਦਾ ਜਵਾਬ ਦਿੰਦੇ ਕਿ ਸਾਡੇ ਕੋਲ ਕੈਸ਼ ਨਹੀਂ ਆਇਆ। ਔਰ 1 ਤਰੀਕ ਨੂੰ ਸਾਰੇ ਹੀ ਗਰੀਬ ਇਨਸਾਨ ਨੇ ਜਿਨ੍ਹਾਂ ਨੇ ਆਪਣੇ ਮਾਲਕਾਂ ਕੋਲੋਂ ਤਨਖਾਹਾਂ ਲੈਣੀਆਂ ਸੀਗੀਆਂ ਉਹਨਾਂ ਨੂੰ ਪ੍ਰੋਪਰ ਤਨਖਾਹ ਨਹੀਂ ਮਿਲ ਰਹੀ। ਸਰਕਾਰੀ ਕਰਮਚਾਰੀ ਚਾਹੇ ਉਹ ਕਿਸੇ ਵੀ ਸੈਂਟਰ ਗੌਰਮੈਂਟ 'ਚ ਕੰਮ ਕਰ ਰਿਹਾ, ਪੰਜਾਬ ਸਰਕਾਰ 'ਚ ਕੰਮ ਕਰ ਰਿਹਾ, ਉਹ ਦੁਖੀ ਹੈ। ਸਾਡੀ ਇਹੀ ਮੰਗ ਹੈ ਕਿ ਇਹਨਾਂ ਨੂੰ ਪਹਿਲਾਂ ਹੀ ਇਸ ਸਾਰੇ ਸਿਸਟਮ ਦਾ ਇੰਤਜ਼ਾਮ ਕਰਨਾ ਚਾਹੀਦਾ ਸੀਗਾ। ਅੱਜ ਲੋਕ ਤਰਾਹੀ ਤਰਾਹੀ ਕਰ ਰਹੇ ਹੈ, ਕਿਸੇ ਦੇ ਘਰ ਰੋਟੀ ਨਹੀਂ ਬਣ ਰਹੀ, ਕਿਸੇ ਦਾ ਵਪਾਰ ਨਹੀਂ ਚੱਲ ਰਿਹਾ, ਔਰ ਮੋਦੀ ਸਾਹਿਬ ਕਹਿ ਰਹੇ ਕਿ ਬਿਲਕੁਲ ਠੀਕ ਹੋ ਰਿਹਾ। ਅਸੀਂ ਇਹਦੇ ਖਿਲਾਫ਼ ਇਸ ਜੰਗ ਨੂੰ ਜਾਰੀ ਰੱਖਾਂਗੇ ਜਿੰਨੀ ਦੇਰ ਤੱਕ ਇਹ ਸਮੱਸਿਆ ਦਾ ਹੱਲ ਠੀਕ ਨਹੀਂ ਹੁੰਦਾ।